ਨਾਸਰਾ ਭਾਈ ਮੈਨੂੰ ਉਮੀਦ ਨਹੀਂ ਸੀ ਵੀ ਮਿਲੂਗਾ ਮੈਨੂੰ ਨਾਸਰ ਕਵਾਲ ਕਰਤੀ ਨਾਸਰ ਨਹੀਂ ਨਾਸਰ ਨੇ ਪਛਾਣਿਆ ਬੜਾ ਹੋਰ ਗੱਲ ਇਹਦੇ ਦਾ ਮਾਸਟਰ ਸੀ ਨਾ ਸਾਡੇ ਸਕੂਲ ਉਹਨੇ ਕੱਢਤੀ ਬੱਚੇ ਨੂੰ ਗਾਲ ਉਹ ਅਗਲੇ ਦਿਨ ਲਾਇਆ ਆਪਣੀ ਮਾਂ ਨੂੰ ਮਾਂ ਆ ਕੇ ਕਹਿੰਦੀ ਤੁਸੀਂ ਮੇਰੇ ਮੁੰਡੇ ਨੂੰ ਗਾਲ ਕਿਉਂ ਕੱਢੀ ਕਹਿੰਦਾ ਕਿੱਥੇ ਤੇਰਾ ਮੁੰਡਾ ਕਹਿੰਦੀ ਕਲਾਸੇ ਵੇ ਗਿਆ ਉਹਦੀ ਮਾਂ ਨੂੰ ਵੀ ਨਾਲ ਲੈ ਕੇ ਉਹਨੂੰ ਕਹਿੰਦਾ ਉਹ ਰਾਤ ਭੈਣ ਚੋ ਮੈਂ ਤੈਨੂੰ ਕਿਸ ਵੇਲੇ ਅੱਲਾਹੂ ਅਕਬਰ ਵਿੱਚ ਮਾਰੀ ਹੋਰ ਕਿਹੜਾ ਭੂਆ ਨੂੰ ਮਿਲਣ ਗਿਆ ਸੀ ਉਹ ਨਾਲ ਦਾ ਜਿਹੜਾ ਬੈਠਾ ਸੀ ਇੱਕ ਮਾੜਕੂ ਜਿਹਾ ਇਹਦੇ ਅਰਗਾ ਚੱਕ ਕੇ ਵਿੱਚ ਮਾਰਿਆ ਕਹਿੰਦਾ ਸਾ ਸ੍ਰੀ ਅਕਾਲ ਕਮਾਲ ਕਰਤੀ ਯਾਰ ਓਏ ਹੋਏ ਨਾਸਰਾ ਕਮਾਲ ਕਮਾਲ ਹੋ ਗਈ ਕੋਈ ਚੱਕਰ ਨੀ ਲੁਧਿਆਣੇ ਦੇ ਜੱਟ ਅਸੀਂ ਇਹ ਜਿਹੀ ਮੈਂ ਵੀ ਉੱਥੇ ਤਾਂ ਮੇਰਾ ਤੂੰ ਵੀ ਉਹ ਜਾਈ ਅਸੀਂ ਅੰਮ੍ਰਿਤਸਰੀਏ ਨੀ ਲੁਧਿਆਣੇ ਵਾਲਿਆਂ ਨੂੰ ਗਿਣਦੇ ਗੁਣਦੇ ਨਾਸਰਾ ਤੂੰ ਤਾਂ ਹੁਣ ਮੇਰੇ ਨਾਲ ਲੜਨਾ ਵਾ ਤੇਰੇ ਸ਼ਹਿਰ ਆਇਆ ਤੂੰ ਮੇਰੇ ਨਾਲ ਲੜਨ ਲੱਗਿਆ ਅਸੀਂ ਅੰਮ੍ਰਿਤਸਰ ਦੇ ਮੈਂ ਤੁਹਾਨੂੰ ਪਿਛਲੀ ਦੱਸਣ ਡਿਆ ਤੁਸੀਂ ਹੁਣ ਕੈਨੇਡਾ ਦੇ ਅਸੀਂ ਲੈਲਪੁਰ ਦੇ ਮੈਨੂੰ ਪਤਾ ਮੈਨੂੰ ਵੈਸੇ ਗੱਲ ਦੱਸਾਂ ਵੀ ਅਸੀਂ ਅੰਮ੍ਰਿਤਸਰ ਵਾਲੇ ਨੀ ਕਹਿੰਦੇ ਗੁੰਡੇ ਲੁਧਿਆਣੇ ਵਾਲਿਆਂ ਨੂੰ ਠੀਕ ਆ ਚੱਲ ਬਾਈ ਨਾਸਰਾ ਬਹੁਤ ਵਧੀਆ ਲੱਗਿਆ ਮਿਲ ਕੇ ਹੋਰ ਕਰਕੇ ਵਧੀਆ ਲੱਗਿਆ ਮਿਲ ਕੇ ਵਧੀਆ ਲੱਗਿਆ ਹਾਂ ਗੱਲ ਤਾਂ ਸੁਣ ਲਓ ਤੁਸੀਂ ਆ ਕੇ ਮਿਲੇ ਹੋ ਜਿਹੜੇ ਲਾਗੇ ਬੰਦੇ ਬੈਠੇ ਸੀ ਉਹ ਵੇਖ ਕੇ ਕਹਿਣ ਪਤਾ ਨੀ ਇਹਨਾਂ ਨੇ ਪੈਸੇ ਦੇਣੇ ਨੇ ਤੁਸੀਂ ਲੱਗੇ ਲੈ ਆਹਾ ਕਦੇ ਸੋਚਿਆ ਨੀ ਮੈਂ ਨਾਸਰ ਮੈਨੂੰ ਮਿਲੂ ਕਿ ਨਹੀਂ ਮਿਲੂਗਾ ਨਾ ਨਾਸਰ ਤਾਂ ਮਿਲ ਗਿਆ ਨਾਸਰ ਤੂੰ ਵੱਡਾ ਬੰਦਾ ਨਹੀਂ ਮਿਲ ਗਿਆ ਅਚਾਨਕ ਮਿਲ ਗਏ ਨਾਸਰ ਨੇ ਹੋਰ ਗੱਲਾਂ ਦੀ ਗੱਲਾਂ ਪਛਾਣਿਆ ਬੜਾ ਪਤੰਦਰ ਨੇ ਕਮਾਲ ਕਰਤੀ ਫਿਰ ਉਹਨੂੰ ਫਿਰ ਉਹ ਨਾ ਕਹਾਂ ਤਾਂ ਕੀ ਕਹਾਂ ਲੱਗਾ ਕੰਜਰ ਨੇ ਪਛਾਣਿਆ ਬੜਾ ਨਾਸਰਾ ਨਾਸਰਾ ਇਹ ਸਾਡਾ ਐਵੇਂ ਹੀ ਆ ਫਿਰ ਸਾਡਾ ਖੁੱਲ ਦਲੀਆਈ ਦਾ ਹੀ ਕੰਮ ਆ ਬਸ ਇਹਨੂੰ ਕੁਛ ਕਹਿ ਲਾ ਇਹਨੂੰ ਕੁਛ ਕਹਿ ਲਾ ਭਾਈ ਕੀ ਕਹਿ ਲਾ ਆਹ ਕੁਛ ਕਹਿ ਲਾ ਇਹਨੂੰ ਕੀ ਕਹੇਗਾ ਤੂੰ ਇਹਨੂੰ ਕੀ ਕਹੇਗਾ ਭਾਈ ਤੂੰ ਇਹਨੂੰ ਕੀ ਨਾਂ ਆ ਤੇਰਾ ਭਾਈ ਨਹੀਂ ਤਾਇਆ ਭਤੀਜਾ 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 ਕਿਵੇਂ ਕਹੇਗਾ ਤੂੰ ਕੀ ਕਹਿੰਦਾ ਸੀ ਹੁਣ ਬਸ ਚੁੱਪ ਕੀਤੇ ਆ ਤੁਸੀਂ ਅੱਗੇ ਸਾਰੀ ਸਾਰ ਉਹ ਕੰਜਰ ਨਾ ਨਾ ਛੱਡਦੇ ਨਹੀਂ ਛੱਡਦੇ ਆ ਕੋਈ ਨਹੀਂ ਚੱਲ ਕੁਛ ਵੀ ਯਾਰ ਕੈਨੇਡੀਅਨ ਗੱਲਾਂ ਕਰਦੇ ਹੋ ਤੁਸੀਂ ਆਏ ਕਰੋ ਕੈਨੇਡੀਅਨ ਛੋੜੇ ਚ ਆ ਗਿਆ ਛੋੜੇ ਇੱਥੇ ਪਾਕਿਸਤਾਨ ਤਾਂ ਕੋਈ ਵਾਕ ਨੀ ਬਣਦਾ ਹੋਏ ਇਹ ਗੱਲਾਂ ਕਰਦੇ ਹੋ ਨਾ ਨਾ ਸਿਰੇ ਲਾ ਦੂੰਗਾ ਤਾਇਆ ਜੀ ਬਹੁਤ ਬਹੁਤ ਥੈਂਕ ਯੂ
ਤੁਸੀਂ ਆਏ ਆਪਣੇ ਚਰਨ ਪਾਏ ਸਾਨੂੰ ਗਾਲਾਂ ਕੱਢੀਆਂ ਠੀਕ ਆ ਠੀਕ ਆ ਕੋਈ ਨਾ ਐਵੇਂ ਗੱਲਾਂ ਨਾ ਕਰ ਆਪਾਂ ਤਾਂ ਕਾਮੇਡੀ ਕਰਨੀ ਆ ਇੱਥੇ ਠੀਕ ਆ ਬਹੁਤ ਵਧੀਆ ਲੱਗਿਆ ਤੇ ਹੁਣ ਫਿਰ ਰੋਟੀ ਛੋਟੀ ਖਵਾਵਾਂਗੇ ਖਵਾਵਾਂਗੇ ਸਾਰੇ ਉਹ ਗੱਲਾਂ ਨਾਲ ਹੀ ਸਾਰੋਂਗੇ ਉਹ ਸਾਰੇ ਗੱਲਾਂ ਨਾਲ ਹੀ ਸਾਰਦੇ ਆ ਰੋਟੀ ਤੇ ਲੱਗੀ ਪਈ ਐ ਰੋਟੀ ਛੋਟੀ ਖਵਾ ਨਾ ਸਰਾ ਯਾ ਹੋਰ ਕੀ ਸੁਣਨੀ ਆ ਕਮਲੇ ਤੋਂ ਅੱਛਾ ਤਾਇਆ ਜੀ ਕਿਹੜੀ ਚਾਹ ਸੀ ਗੋੜਾ ਲਈ ਹਾਂ ਗੋੜਾ ਰੋਟੀ ਕਾਦੇ ਨਾਲ ਖਾਣੀ ਪਹਿਲਾਂ ਚਾਹ ਹੁਣ ਤੁਸੀਂ ਕਹੇ ਚਾਹ ਮੰਗਵਾਓ ਯਾਰ ਉਹ ਗੱਲ ਤਾਂ ਸੁਣੋ ਉਹ ਜੇ ਸਾਲੇ ਪਹਿਲੇ ਚਾਹ ਪਿਆ ਸੀ ਰੋਟੀ ਅੱਧੀ ਖਾਧੀ ਜਾਣੀ ਹੈ ਚੰਗਾ ਨੁਕਸਾਨ ਘੱਟ ਹੋ ਗਿਆ ਛੋਟਾ ਤਾਂ ਇਹ ਤੇ ਕਹਿੰਦੇ ਛੋਟਾ ਫਾਇਦਾ ਜੇ ਚਾਹ ਪਿਆ ਸੀ ਰੋਟੀ ਨੂੰ ਜੀ ਨਹੀਂ ਕਰਦਾ ਦੋ ਦੋ ਕੱਪ ਲਿਆ ਫਿਰ ਇਹਨਾਂ ਦਾ ਜਮਾ ਹੀ ਜੀ ਨਾ ਕਰੇ ਆਹਾ ਤੂੰ ਤਾਂ ਫਿਰ ਉਹੀ ਗੱਲ ਕਰਤੀ ਤੈਨੂੰ ਮੈਂ ਇੱਕ ਗੱਲ ਸੁਣਾਵਾਂ ਹਾਂਜੀ ਹਾਂਜੀ ਇਹ ਕਿਸ਼ਤੀ ਜਾਂਦੇ ਸੀਗੇ ਅੱਛਾ ਗੱਲ ਉਹ ਸੁਣਾਣੀ ਜਿਹਦੇ ਚ ਨਾ ਗਾਲਾਂ ਘੱਟ ਹੋਣ ਨਾ ਗਾਲਾਂ ਕੋਈ ਨਹੀਂ ਗਾਲਾਂ ਕੁਛ ਨਹੀਂ ਸੁਣਦੀ ਨਹੀਂ ਤੂੰ ਇਹ ਮੂਵੀ ਬਣਾਈ ਜਾਂਦਾ ਪਤੰਦਰ ਨੇ ਚਾੜ ਦੇਣੀ ਹੈ ਮੈਂ ਕਹਿੰਦਾ ਚਾੜ ਦੂ ਤਾਂ ਮੈਨੂੰ ਕੋਈ ਮਾਈਂਡ ਵੀ ਨਹੀਂ ਕੋਈ ਐਡਾ ਵੀ ਨਹੀਂ ਗੱਲ ਲੋ ਕਹਿੰਦੇ ਮਾਈਂਡ ਨਹੀਂ ਅਸੀਂ ਨਾ ਕਾਬਲ ਕੰਧਾਰਦੀਆਂ ਕੰਬਦੀਆਂ ਜਦੋਂ ਸਰਦਾਰ ਬੋਲਦਾ ਤੂੰ ਮੈਂ ਤੇ ਗੱਲ ਸੁਣ ਲਾ ਮੇਰੀ ਹੁਣ ਗੱਲ ਸੁਣ ਲਈ ਵਿੱਚ ਨਾ ਟੋਕੀ ਮੈਨੂੰ ਨਹੀਂ ਟੋਕਦਾ ਇੱਕ ਕਿਸ਼ਤੀ ਜਾਂਦੀ ਸੀਗੀ ਉਹ 34 ਸਵਾਰੀਆਂ ਦੀ ਸੀਗੀ ਜਗ੍ਹਾ ਅੱਛਾ ਉਹ 33 ਚੜ ਗਏ ਅੱਛਾ ਜਾਂ 33 ਚੜ ਗਏ ਸਮੁੰਦਰ ਚ ਗਈ ਉਹ ਸਾਰੀ ਡੋਕਰੋਲੇ ਖਾਣ ਲੱਗ ਗਈ ਆਏ ਆਏ ਖਾਵੇ ਜਿਵੇਂ ਨਾਸ ਡੋਕਰੋਲੇ ਖਾਣ ਨਹੀਂ ਜਿਵੇਂ ਤੁਸੀਂ ਖਾਂਦੇ ਹੋ ਚੱਲ ਡੋਕਰੋਲੇ ਖਾਣ ਲੱਗ ਗਈ ਤਾਂ ਉਹ ਭਾਈ ਉਹ ਜਿਹੜਾ ਕਿਸ਼ਤੀ ਚਲਾਉਂਦਾ ਪਾਇਲਟ ਜਿਹਾ ਉਹ ਕਹਿੰਦਾ ਬਈ ਗੱਲ ਸੁਣੋ ਮੇਰੀ ਕਹਿੰਦਾ ਭਲੀ ਭਲੀ ਪੱਤ ਨਾਲ ਤਿੰਨ ਬੰਦੇ ਲੱਤ ਚੋ ਡਿੱਗ ਪੋ ਸਮੁੰਦਰ ਚ ਕਹਿੰਦਾ ਤੀਹਾਂ ਦੀ ਆਹੇ ਫਿਰ ਸੁਰਜੂ ਨਹੀਂ ਸਾਰੇ ਡੁੱਬੋਗੇ ਉਹਨੇ ਸੋਚਿਆ ਵੀ ਸਾਰੇ ਕਿਉਂ ਡੁੱਬਣ ਕੋਈ ਕੋਈ ਚਲੋ ਉਹ ਚ ਹਿੰਦੂ ਵੀ ਸੀ ਮੁਸਲਮਾਨ ਵੀ ਸਿੱਖ ਵੀ ਈਸਾਈ ਵੀ ਫਲਾਣੇ ਫਲਾਣਾ ਉਹ ਪਹਿਲਾਂ ਇੱਕ ਹਿੰਦੂ ਨਿਕਲਿਆ ਉਹ ਕਹਿੰਦਾ ਊਂ ਵੀ ਯਾਰ ਮਾਰੀ ਜਾਣਾ ਇੱਥੇ ਹੋਰ ਅੱਧੇ ਘੰਟੇ ਡੁੱਬ ਜਾਣੀ ਆ ਉਹ ਯਾਰ ਉਹਨੇ ਮਾਰੀ ਛਾਲ ਕਹਿੰਦਾ ਬੋਲੋ ਸਿਆ ਪਤੀ ਰਾਮ ਚੰਦਰ ਕੀ ਜੈ ਉਹਨੇ ਮਾਰੀ ਛਾਲ ਫਿਰ ਇੱਕ ਮੁਸਲਮਾਨ ਉੱਠਿਆ ਨਾਸਰ ਅਰਗਾ ਜਾਂ ਨਾਸਰ ਅਰਗਾ ਉੱਠਿਆ ਉਹ ਕਹਿੰਦਾ ਗੱਲ ਸੁਣੋ ਬਈ ਕਹਿੰਦਾ ਅੱਲਾਹੁ ਅਕਬਰ ਉਹ ਵਿੱਚ ਮਾਰੀ ਛਾਲ ਕਹਿੰਦਾ ਗਿਆ ਹੋਰ ਕਿਹੜਾ ਭੂਆ ਨੂੰ ਮਿਲਣ ਗਿਆ ਸੀ ਉੱਥੇ ਡੁੱਬਣਾ ਹੀ ਸੀ ਤੇ ਚਲੋ ਫੇਰ ਹੁਣ ਉਹ ਕਹਿੰਦਾ ਵੀ ਇੱਕ ਹੋਰ ਚਲੋ ਇੱਕ ਹੋਰ ਚਲੋ ਫਿਰ ਇੱਕ ਸਿੰਘ ਸਰਦਾਰ ਉੱਠਿਆ ਕਹਿੰਦਾ ਬਈ ਅਸੀਂ ਕਿਹੜਾ ਘੱਟ ਕੁਰਬਾਨੀਆਂ ਕੀ ਆ ਦੇਸ਼ ਦੀ ਆਜ਼ਾਦੀ ਵਾਸਤੇ 90% ਕੁਰਬਾਨੀਆਂ ਸਾਡੀਆਂ ਫਲਾਨਾ ਟਮਕਾਨਾ ਉਹ ਕਹਿੰਦਾ ਮੈਂ ਵੀ ਚੱਲਦਾ ਉਹ ਕਹਿੰਦਾ ਚਲੋ ਉਹ ਭਾਈ ਕੀ ਹੋਇਆ ਕਹਿੰਦਾ ਬਈ ਸਾਰੇ ਜਾਣੇ ਅੱਖਾਂ ਬੰਦ ਕਰ ਲਓ ਅੰਤਰ ਧਿਆਨ ਹੋ ਜਾਓ ਸਾਰੇ ਕਹਿੰਦੇ ਹੋਈ ਅੰਤਰ ਧਿਆਨ ਹੋ ਗਏ ਸਿੰਘ ਸਰਦਾਰ ਪਤਾ ਕੀ ਬੋਲਿਆ ਕਹਿੰਦਾ ਉਹਨੇ ਅੱਖਾਂ ਬੰਦ ਕਰ ਲਈਆਂ ਕਹਿੰਦਾ ਬੋਲੇ ਸੋ ਨਿਹਾ ਉਹ ਨਾਲ ਦਾ ਜਿਹੜਾ ਬੈਠਾ ਸੀ ਇੱਕ ਮਾੜਕੂ ਜਿਹਾ ਇਹਦੇ ਅਰਗਾ ਚੱਕ ਕੇ ਵਿੱਚ ਮਾਰਿਆ ਸਮੁੰਦਰ ਕਹਿੰਦਾ ਸਾ ਸ੍ਰੀ ਅਕਾਲ ਸ਼ਰਾਬ ਦੀ ਬੋਤਲ ਤੇ ਇੱਕ ਸਰਦਾਰ ਵੀ ਨਹੀਂ ਬਚਣਾ ਸਾਰੇ ਡੋਬ ਜਾਣੇ ਚੱਲ ਭਾਈ ਬੈਠਾ ਉਹ ਗੱਲ ਤੇਰੀ ਬੱਕਰੀ ਤੂੰ ਤਾਂ ਹੁਣ ਗੱਲ ਨੂੰ ਰਿਐਕਟ ਕਰਦਾ ਸਿੰਘ ਸਰਦਾਰਾਂ ਨੂੰ ਐ ਕਰਨ ਲੱਗਿਆ ਕਿਉਂ ਠੀਕ ਆ ਨਾ ਗੱਲ ਜ਼ਬਰਦਸਤ ਚੱਲ ਫਿਰ ਠੀਕ ਕਿਆ ਵਾ ਚੱਲ ਆਹ ਭੈਣਾ ਲਾਲਾ ਕਿਹੜਾ ਕਿੱਥੇ ਆ ਲਾਇਆ ਤਾਂ ਕਿੱਥੇ ਚੱਲ ਉਹੀ ਬਣਾਉਂਦਾ ਸੀ ਚੱਲ ਹੁਣ ਬਸ ਕਰੋ ਮੇਰੇ ਖਿਆਲ ਨਾਲ ਬਸ ਹੋ ਗਿਆ ਫੇਰ ਬਣਾ ਲਾਂਗੇ ਹਲੇ ਅਸੀਂ ਦੱਸਦੇ ਰਹਿਣਾ ਇੱਥੇ ਤੂੰ ਜੋ ਮਰਜ਼ੀ ਨੇਤਾ ਜਾਂ ਕਰੀ ਮੇਰੇ ਕੋਲ ਆਥਣ ਵਾਏ ਪਏ ਕਹਿੰਦਾ ਸਿੱਧੂ ਸਾਹਿਬ ਆਏ ਮੈਂ ਕਹਿੰਦਾ ਢਿੱਲੋਂ ਸਾਹਿਬ ਕਿਵੇਂ ਆ ਆਏ ਆਏ ਗੱਲ ਤੂੰ ਯਾਰ ਕਮਾਲ ਕਰਤੀ ਕਮਾਲ ਕਰ ਮੈਂ ਤੇ ਤੇਰੀ ਚੱਲ ਦਿਲਾਂ ਦੇ ਨਾਲ ਰਾਹ ਹੁੰਦੇ ਫਿਰ ਆਏ ਦੋ ਵਾਰੀ ਗੱਲ ਹੋਈ ਨਾ ਮੈਂ ਦਿਲਾਂ ਦੇ ਨਾਲ ਰਾਹ ਹੁੰਦੇ ਆ ਮੈਂ ਵੀ ਲਿਟਰੇਚਰ ਪੜ੍ਹਦਾ ਰਹਿਣਾ ਐਕਤੀ ਪਤਾ ਕਿੰਨਾ
50 किताबां मैं पंजाबी पढ़ना पंजाबी दी लिटरेचर दी लेके जा रहा मैं उत्थे कनेडा मेरी लाइब्रेरी बनाई है भाई घरे अच्छा चलो जिन्ना कोई मैनू शौक शौक आ है बस चलो प्रौना साडा पहली बारी आया ये बड़ा प्रौना साडा पहली बारी जम्मे प्रौना पहली बारी ओ तां 75 साल दा गया हूं जम्मे पहली बारी आ ए मेरी भैण आ टैंक चला जान नहीं देना बोल के चल तुझी बथेरे फड़िया उन्होंने बथेरे फड़िया हूं मैं पता नहीं वाह ठीक है बी ऊ कहन किया बी चंगा लग्या सुनना मिलके अज तक हूं लुधियाने के जट वैसे लुधियाने के जट तो कमड़े लुधियाने के कहना होया कि जे कुड़ी तू दिल्ली शहर की मैं भी जट लुधियाने ठीक है ना गल बहुत फैशनेबल ठौके मार दिया पता ही करो पर मुंह करके नहीं नहीं आओ असि कह देंगे असि डरते नहीं है मैं बहुत लिटरेचर पढ़ता रहना तेरिया इंटरव्यू देख रहा हूं तो एवं मुलाकात हो गई अपने संताली वेले तहसील खन्ना सी थाना भी खन्ना लगता सी पिंड मुत्तो सी है खन्ने कहीं जानते मैं रहना जगरावा रायकोट रायकोट करने है ना नसर मैं रहना जगरावा रायकोट वाला मैनू पता है नसरा साड़ी बोली है बोली है भैं तू मेरी बर्डिंग सुन के जिस नू कहिंदे करता काम वैसे अनपढ़ी गवार लोग कहते गवार हां कहनी बी तू तो बहुत पढ़े लिखे कहनी आहो जी पाकिस्तान च भी उधरले पंजाब च भी किसे कोई आया तीन चार जवाक सी किसे दे कहिंदा बई उहनां दी मज्झ है नहीं सी
ਉਹ ਕਹਿੰਦਾ ਵੀ ਮੱਝ ਲਿਆ ਹੈਨਾ ਕਹਿੰਦੀ ਮੱਝ ਖਰੀਦ ਕੇ ਲਿਆ ਇਹ ਮੱਝ ਦੇ ਪੈਸੇ ਪਤਾ ਨਹੀਂ ਉਹ 20,000 ਦੀ 30,000 ਦੀ ਹੋਣੀ ਆ ਉੱਥੇ ਉਹਦੇ ਕੋਲੇ ਪੈਸੇ ਘੱਟ ਸੀਗੇ ਉਹ ਚਲਿਆ ਗਿਆ ਮੰਡੀ ਤੇ ਉਹਦੇ ਮੰਡੀ ਤੇ ਗਿਆ ਉਹ ਜਿੰਨੀ ਮੱਝ ਸੀ ਉਹਦੇ ਨੂੰ ਅੱਧੇ ਤੇ ਪੈਸੇ ਸੀ ਉਹਦੇ ਕੋਲੇ ਉਹ ਕਹਿੰਦਾ ਬਈ ਮੈਂ ਤਾਂ ਇਹ ਕੀ ਕਰਾਂ ਹੁਣ ਬਈ ਇਹ ਗੱਲ ਔਖੀ ਹੋ ਗਈ ਉਹ ਕਹਿੰਦਾ ਚੱਲ ਕਿੱਥੇ ਰਾਤ ਵੀ ਕਿੱਥੇ ਕੱਟੇ ਵਿਚਾਰਾ ਉਹ ਇੱਕ ਬਾਬੇ ਦੇ ਡੇਰੇ ਤੇ ਚਲਿਆ ਗਿਆ ਉਹ ਬਾਬੇ ਦੇ ਡੇਰੇ ਤੇ ਚਲਿਆ ਗਿਆ ਉੱਥੇ ਉਹਨੂੰ ਦੁੱਧ ਵੀ ਮਿਲਿਆ ਰੋਟੀ ਪਾਣੀ ਵੀ ਮਿਲਿਆ ਉਹ ਕਹਿੰਦਾ ਸਾਰਾ ਕੰਮ ਸੂਤ ਆ ਉੱਥੇ ਦੂਏ ਦਿਨ ਫੇਰ ਰਿਹਾ ਉਹਦੇ ਘਰ ਆਈ ਡੀਕੇ ਬਈ ਦੁੱਧ ਨੀ ਆਇਆ ਜਵਾਕ ਪਲ ਆਏ ਆ ਬਈ ਰੋਟੀ ਨੀ ਮਿਲਦੀ ਉਹ ਕਹਿੰਦਾ ਚੱਲ ਬਈ ਤੀਜੇ ਕੁ ਦਿਨ ਉਹਨੇ ਇੱਕ ਬਾਬਾ ਪੱਟ ਲਿਆ ਬਾਬੇ ਨੂੰ ਕਹਿੰਦਾ ਬਾਬਾ ਜੀ ਤੁਸੀਂ ਸਾਡੇ ਪਿੰਡ ਚੱਲੋ ਚਲੋ ਉਹ ਬਾਬਾ ਪਿੰਡ ਆ ਗਿਆ ਬਾਬਾ ਪਿੰਡ ਉਹ ਜਿਹਾ ਜੀ ਢੋਲਕੀ ਜੀ ਇਹੋ ਜੀ ਵੀ ਆਉਣ ਲੱਗ ਗਿਆ ਹੋਰ ਲੱਗ ਗਿਆ ਉਹ ਸਾਰਾ ਦੁੱਧ ਵੀ ਆਉਣ ਲੱਗ ਗਿਆ ਗੁੜ ਵੀ ਆਉਣ ਲੱਗ ਗਿਆ ਉਹਨੂੰ ਕਣਕ ਉਹਨੂੰ ਆਟਾ ਵੀ ਆਉਣ ਲੱਗ ਗਿਆ ਉਹ ਬਾਬਾ ਖੁਸ਼ ਹੋ ਗਿਆ ਉਹ ਬਾਬੇ ਨੂੰ ਤਾਂ ਖੁਸ਼ ਹੋਣਾ ਹੀ ਸੀ ਚੱਲ ਉਹ ਘਰ ਵਾਲੇ ਕਹਿੰਦੇ ਭੈਣ ਜੀ ਆਹ ਸੂਤ ਆ ਗਿਆ ਸਿੱਧਾ ਪੱਤਾ ਆਉਣ ਲੱਗ ਗਿਆ ਉਹ ਦੁੱਧ ਵਧਿਆ ਕਰੇ ਉਹ ਸੰਗਤ ਨੂੰ ਦੇਆ ਕਰੋ ਕੋਈ ਖੋਆ ਬਣਾ ਲਿਆ ਉਹ ਖੋਆ ਬਣਾ ਕੇ ਭੈਣਾ ਪੀਪਾ ਭਰ ਲਿਆ ਉਹਨੇ ਦਾ ਕਹਿੰਦਾ ਵੀ ਦੇ ਜਵਾਕਾਂ ਨੂੰ ਭੈਣ ਚੋਂ ਅੱਗੇ ਸੁੱਕੀਆਂ ਰੋਟੀਆਂ ਮਿਲਦੀਆਂ ਸੀ ਅੱਗੇ ਸੁੱਕੀਆਂ ਰੋਟੀਆਂ ਮਿਲਦੀਆਂ ਸੀ ਹੁਣ ਆ ਖੋਆ ਖਾਣ ਉਹ ਭਾਈ ਕੀ ਹੋਇਆ 10 ਕੁ ਦਿਨਾਂ ਬਾਅਦ ਬਾਬਾ ਨਾਰਾਜ਼ ਹੋ ਗਿਆ ਬਾਬਾ ਭੱਜ ਗਿਆ ਨਾਸਰਾ ਭੱਜ ਗਿਆ ਆਪਦੇ ਪਿੰਡ ਬਈ ਤੇਰੇ ਬੜਾ ਸਾਲਾ ਕੰਮ ਹੁਣ ਨਾ ਦੁੱਧ ਆਵੇ ਨਾ ਗੁੜ ਆਵੇ ਨਾ ਆਟਾ ਆਵੇ ਉਹ ਯਾਨੀ 2-4 ਦਿਨਾਂ ਬਾਅਦ ਉਹ ਘਰ ਵਾਲੀ ਕਹਿੰਦੀ ਵੀ ਲਿਆ ਵੱਜ ਬਈ ਹੋਰ ਉਹ ਕਹਿੰਦਾ ਆਪਦੇ ਘਰ ਵਾਲੀ ਨੂੰ ਕਹਿੰਦਾ ਬਈ ਮੈਂ ਮੱਝ ਲਿਆਵਾਂ ਕਿ ਇਹੋ ਜਿਹਾ ਬਾਬਾ ਹੀ ਲਿਆਵਾਂ ਮੁੜ ਕੇ ਕਿਵੇਂ ਕਰ ਕਿਵੇਂ ਕਰ ਲੁਧਿਆਣਾ ਉਹ ਜੱਟ ਕਿਵੇਂ ਆ ਕੱਟ ਲਓ ਆਪਦਾ ਇਹ ਕਰ ਲਓ ਭਾਈ ਬਾਬੂ ਇਹ ਲੁਧਿਆਣਾ ਉਹ ਤੂੰ ਬਸ ਕਰ ਭਰਾਵਾ ਬਸ ਕਰ ਬਸ ਕਰ ਆਪਾਂ ਬਹਿੰਦੇ ਹਾਂ ਤੂੰ ਬਸ ਕਰ ਮੇਰਾ ਵੀਰ ਬਸ ਕਰ।